ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਗਿੱਦੜ ਵਹਾ। ਦੋਸਤੋ, ਬੜੀ ਅਹਿਮ ਖਬਰ ਆ ਰਹੀ ਹੈ। ਇੱਕ ਪਾਸੇ ਤਾਂ ਪੂਰਾ ਦੇਸ਼, ਪੂਰਾ ਸੰਸਾਰ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਝੱਲ ਰਿਹਾ ਹੈ ਔਰ ਲੋਕਾਂ ਨੂੰ ਸੱਚਮੁੱਚ ਰੁਜ਼ਗਾਰ ਦੀ ਚਿੰਤਾ ਪਈ ਹੋਈ ਹੈ ਕਿ ਆਖਰ ਕਿੱਥੋਂ ਕਮਾ ਕੇ ਅਸੀਂ ਬੱਚਿਆਂ ਦਾ ਪੇਟ ਪਾਲਾਂਗੇ। ਪਰ ਕੁਛ ਇਹੋ ਜਿਹੇ ਲੋਕ ਨੇ ਜੋ ਸ਼ਰਾਬ ਦੀ ਇੱਕ ਬੋਤਲ ਉਧਾਰੀ ਲੈਣ ਤੋਂ ਬਾਅਦ ਜਦੋਂ ਉਹ ਠੇਕੇਦਾਰ ਜਾਂ ਉਹਦਾ ਕਰਿੰਦਾ ਜਿਹੜਾ ਹੈ ਬੋਤਲ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੇ ਨਾਲ ਕੁੱਟਮਾਰ ਕਰਦੇ ਨੇ ਔਰ ਇਸੇ ਹੀ ਚੱਕਰ ਦੇ ਵਿੱਚ 6 ਲੋਕ ਜਿਹੜੇ ਹੈ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਉਧਾਰੀ ਸ਼ਰਾਬ ਕਰਕੇ। ਅਸਲ ਵਿੱਚ ਇਹ ਪੂਰਾ ਮਾਮਲਾ ਹੈ ਕੀ ਆ, ਚੱਲਦੇ ਹਾਂ ਜੀ ਗਿੱਦੜਵਾਹ ਜਿੱਥੋਂ ਸੋਨੀ ਢੱਲਾ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਸੋਨੀ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਇੱਕ ਠੇਕੇ ਦੀ ਬ੍ਰਾਂਚ ਖੁੱਲੀ ਹੋਈ ਹੈ ਜੀ, ਉਸ ਬ੍ਰਾਂਚ ਦੇ ਵਿੱਚ ਜਿਹੜੀ ਲੜਾਈ ਹੋਈ ਹੈ, ਲੜਾਈ ਹੋਣ ਦਾ ਕਾਰਨ ਉਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੂੰਗਾ। ਲੜਾਈ ਹੋਣ ਦਾ ਕਾਰਨ ਹੈ ਉਧਾਰੀ ਸ਼ਰਾਬ ਜੀ, ਉਧਾਰੀ ਸ਼ਰਾਬ ਦੀ ਬੋਤਲ ਜਿਹੜਾ ਉਸਦੇ ਜਿਹੜਾ ਠੇਕੇ ਦਾ ਜਿਹੜਾ ਕਰਿੰਦਾ ਹੈਗਾ ਜਾਂ ਠੇਕੇਦਾਰਾਂ ਦਾ ਕਰਿੰਦਾ ਹੈ ਗੁਰਜਨ ਸਿੰਘ, ਉਸਦੇ ਦੱਸਣ ਮੁਤਾਬਕ ਪਿੰਡ ਦੇ ਕੁਛ ਲੋਕ ਉਸਦੇ ਜਿਹੜੇ ਘਰ ਆਏ ਪਹਿਲਾਂ ਉਸਨੇ ਉਹਨਾਂ ਨੇ ਉਧਾਰੀ ਸ਼ਰਾਬ ਮੰਗੀ ਉਹਨਾਂ ਤੋਂ। ਜਦੋਂ ਉਸਨੇ ਪਹਿਲਾਂ ਤਾਂ ਉਹ ਉਹਨਾਂ ਨੇ ਪਹਿਲਾਂ ਸ਼ਰਾਬ ਲੈ ਕੇ ਗਏ, ਪਰ ਦੂਸਰੀ ਵਾਰ ਜਦੋਂ ਉਹ ਆਪਣਾ ਜਿਹੜੀ ਦੁਕਾਨ ਜਿਹੜੀ ਆਪਣਾ ਬ੍ਰਾਂਚ ਬੰਦ ਕਰ ਰਿਹਾ ਸੀ ਉਹ ਫੇਰ ਆਏ ਤੇ ਉਹਨਾਂ ਨੇ ਉਧਾਰੀ ਸ਼ਰਾਬ ਮੰਗੀ ਤਾਂ ਉਸਨੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਨਕਾਰ ਕਰਨ ਤੋਂ ਬਾਅਦ ਉਹ ਜਿਹੜਾ ਬੰਦਾ ਸੀਗਾ ਉਸਦਾ ਜਿਹੜਾ ਉਸਨੇ ਉਹਨਾਂ ਦੇ ਤਰਸੇਮ ਕੁਮਾਰ ਜੀ ਉਸ ਤੇ ਇਲਜ਼ਾਮ ਲੱਗਿਆ। ਤਰਸੇਮ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਜੰਟ ਸਿੰਘ ਨੇ ਇਲਜ਼ਾਮ ਲਗਾਇਆ ਵੀ ਸਾਡੇ ਪਰਿਵਾਰਕ ਮੈਂਬਰ ਜਿਹੜੇ ਮੇਰੇ ਪਰਿਵਾਰ ਦੇ ਮੈਂਬਰ ਸੀ ਜਿਨ੍ਹਾਂ ਵਿੱਚ 6 ਜਣੇ ਉਹਨਾਂ ਨੇ ਦੱਸਿਆ 6 ਜਣਿਆਂ ਦੀ ਨਾਲ ਕੁੱਟਮਾਰ ਕੀਤੀ। ਇਸ ਕਰਕੇ ਕੁੱਟਮਾਰ ਕੀਤੀ ਵੀ ਤੁਸੀਂ ਮੈਨੂੰ ਉਧਾਰੀ ਸ਼ਰਾਬ ਕਿਉਂ ਨਹੀਂ ਦਿੱਤੀ ਜੀ। ਜੇਕਰ ਗੱਲ ਦੂਸਰੇ ਪਾਸੇ ਦੀ ਕਰੀਏ ਤਰਸੇਮ ਕੁਮਾਰ ਦੀ, ਤਰਸੇਮ ਕੁਮਾਰ ਵੀ ਕੈਮਰੇ ਦੇ ਸਾਹਮਣੇ ਆਇਆ ਇਸ ਸੰਬੰਧ ਵਿੱਚ। ਉਸਦਾ ਕਹਿਣਾ ਸੀ ਵੀ ਅਸੀਂ ਉੱਥੇ ਜ਼ਰੂਰ ਗਏ ਹਾਂ ਠੇਕੇ ਤੇ, ਅਸੀਂ ਸ਼ਰਾਬ ਲੈਣ ਗਏ ਹਾਂ, ਉਧਾਰੀ ਨਹੀਂ ਲੈਣ ਗਏ, ਪਰ ਅਸੀਂ ਜਦੋਂ ਸ਼ਰਾਬ ਮੰਗੀ ਤੇ ਸਾਡਾ ਕਿਸੇ ਗੱਲ ਨੂੰ ਲੈ ਕੇ ਤਤਕਾਰ ਹੋ ਗਈ ਤੇ ਉਸ ਜਿਹੜੇ ਠੇਕੇਦਾਰ ਦੇ ਕਰਿੰਦੇ ਨੇ ਗਾਲ ਕੱਢੀ ਤਾਂ ਸਾਡੀ ਜਿਹੜੀ ਥੋੜੀ ਹੱਥੋਂ ਪਾਈ ਹੋਈ ਹੈ। ਉਸਨੇ ਕਿਹਾ ਜਿਹੜੀ ਐਡੀ ਵੱਡੀ ਗੱਲ ਨਹੀਂ ਹੋਈ ਹੈ ਜੀ। ਔਰ 6 ਲੋਕਾਂ ਦਾ ਜ਼ਖਮੀ ਹੋਣਾ ਹਜੇ ਵੀ ਵੱਡੀ ਗੱਲ ਨਹੀਂ ਹੋਈ ਹੈ, ਕਿਵੇਂ ਹੋ ਸਕਦਾ ਸੋਨੀ ਜੀ? ਬਿਲਕੁਲ ਜੀ ਬਿਲਕੁਲ, ਦੇਖੋ ਕਿਤੇ ਨਾ ਕਿਤੇ ਕੰਟਰੋਵਰਸੀ ਹੈ ਇਸ ਗੱਲ ਦੇ ਵਿੱਚ। ਇੱਕ ਪਾਸੇ 6 ਲੋਕ ਦੋਦਾ ਦੇ ਜਿਹੜਾ ਮੁੱਢਲਾ ਸਿਹਤ ਕੇਂਦਰ ਹੈ ਉਹਦੇ ਵਿੱਚ ਦਾਖਲ ਹੁੰਦੇ ਹੈ, ਉਹਨਾਂ ਦਾ ਇਲਾਜ ਚੱਲਦਾ ਹੈ। ਹਲਕੀ ਜਿਹੜੀ MLR ਹੈਗੀ ਹੈ 2 ਜਣਿਆਂ ਦੇ ਬਿਆਨਾਂ ਦੇ ਆਧਾਰ ਤੇ ਹੀ ਕੱਟੀ ਗਈ ਹੈਗੀ ਹੈ, ਪਰ ਕਿਤੇ ਨਾ ਕਿਤੇ ਜੇ 6 ਬੰਦੇ ਦਾਖਲ ਹੋਏ ਹੈ, 6 ਬੰਦਿਆਂ ਨੂੰ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਵੀ ਉਹਨਾਂ ਦੀ ਕੁੱਟਮਾਰ ਨਾ ਹੋਈ ਹੋਵੇ, ਚਾਹੇ ਉਹਨਾਂ ਦੀ ਘੱਟ ਹੋਈ ਹੋਵੇ, ਚਾਹੇ ਧੱਕੇ ਵੱਜੇ ਹੋਣ, ਚਾਹੇ ਲੱਪੜ ਵੱਜੇ ਹੋਣ, ਕੁਛ ਵੀ ਹੈ, ਇਹ ਤਾਂ ਜਾਂਚ ਦਾ ਵਿਸ਼ਾ ਹੈ। ਪਰ ਜੇਕਰ ਉਹ ਦਾਖਲ ਹੋਏ ਹੈ ਕਿਸੇ ਗੱਲ ਤੋਂ ਹੀ ਦਾਖਲ ਹੋਣਗੇ। ਜੇਕਰ ਗੱਲ ਕਰੀਏ ਦੂਸਰੇ ਪਾਸੇ ਜਿਹੜੀ SMO ਰਮੇਸ਼ ਕੁਮਾਰੀ ਖੰਬੋ ਹੈ, ਜਿਹੜੇ ਦੋਦਾ ਜਿਹੜੇ ਹਸਪਤਾਲ ਦੇ ਇੰਚਾਰਜ ਹੈ SMO ਹੈ, ਉਹਨਾਂ ਨਾਲ ਵੀ ਸਾਡੀ ਇਸ ਮਾਮਲੇ ਦੇ ਵਿੱਚ ਗੱਲਬਾਤ ਹੋਈ। ਉੱਥੇ ਵੀ ਥੋੜੀ ਜਿਹੀ ਪਰਿਵਾਰ ਵੱਲੋਂ ਥੋੜੀ ਜਿਹੀ ਕੰਟਰੋਵਰਸੀ ਪੈਦਾ ਕੀਤੀ ਗਈ, ਜਿਹੜਾ ਪੀੜਿਤ ਪਰਿਵਾਰ ਸੀਗਾ ਗੁਰਜੰਟ ਸਿੰਘ ਦਾ, ਉਹਨਾਂ ਦਾ ਕਹਿਣਾ ਸੀਗਾ ਵੀ ਹਸਪਤਾਲ ਦੇ ਸਟਾਫ ਨੇ ਜਦੋਂ ਅਸੀਂ ਦਾਖਲ ਹੋਏ ਉਹਨਾਂ ਨੇ ਪੈਸਿਆਂ ਦੀ ਸਾਡੇ ਕੋਲੋਂ ਮੰਗ ਕੀਤੀ, ਪਰ SMO ਜਿਹੜੀ ਰਮੇਸ਼ ਕੁਮਾਰੀ ਖੰਬੋ ਹੈ ਉਹਨਾਂ ਨੇ ਸਾਰੀ ਜਿਹੜੀ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਜੇਕਰ ਮੇਰੇ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈਗੀ ਹੈ ਅਸੀਂ ਉਸ ਤੇ ਕਾਰਵਾਈ ਕਰਾਂਗੇ। ਦੂਸਰੀ ਤਰਫ ਉਹਨਾਂ ਨੇ ਇਹ ਵੀ ਕਿਹਾ ਵੀ ਸਾਡੇ ਕੋਲ ਜਿਹੜੇ ਲੋਕ ਦਾਖਲ ਨੇ ਇੱਥੇ ਜਿਹੜੇ ਆਏ ਹੈਗੇ ਆ ਉਹਨਾਂ ਦਾ ਅਸੀਂ ਪ੍ਰੋਪਰ ਇਲਾਜ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਥੋੜੀ ਸਟਾਫ ਦੀ ਕਮੀ ਹੈ, ਬਾਦਲ ਪਿੰਡ ਧਰਨਾ ਲੱਗਿਆ ਹੋਇਆ ਤੇ ਹੋਰ ਵੀ ਸਾਡਾ ਸਟਾਫ ਜਿਹੜਾ ਘੱਟ ਹੈਗਾ, ਤੇ ਉਹਨਾਂ ਨੇ ਜਿਹੜੇ ਆਪਣੇ ਉੱਪਰ ਲੱਗੇ ਹੋਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਜੀ। ਔਰ ਸੋਨੀ ਜੀ, ਪੁਲਿਸ ਕਿਸੇ ਆਫੀਸਰ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਇਸ ਮਾਮਲੇ ਵਿੱਚ? ਬਿਲਕੁਲ ਜੀ ਸੋਮ ਜੀ, ਇਸ ਮਾਮਲੇ ਦੇ ਵਿੱਚ ਪੁਲਿਸ ਚੌਂਕੀ ਦੋਦਾ ਦੇ ਇੰਚਾਰਜ ਹੈ ਸੁਖਵਿੰਦਰ ਸਿੰਘ, ਉਹਨਾਂ ਦਾ ਕਹਿਣਾ ਸੀਗਾ ਵੀ ਸਾਡੇ ਕੋਲ ਹਜੇ MLR ਨਹੀਂ ਪਹੁੰਚੀ, ਜਦੋਂ ਹੀ ਸਾਡੇ ਕੋਲ MLR ਪਹੁੰਚਦੀ ਹੈ ਅਸੀਂ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਬਿਲਕੁਲ ਕੀਤੀ ਜਾਵੇਗੀ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ, ਪਾਰਦਰਸ਼ਤਾ ਦੇ ਹਿਸਾਬ ਨਾਲ ਅਸੀਂ ਜਿਹੜੀ ਕਾਰਵਾਈ ਕਰਾਂਗੇ ਜੀ। ਬਹੁਤ ਬਹੁਤ ਮਿਹਰਬਾਨੀ ਸੋਨੀ ਜੀ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ। ਦੋਸਤੋ, ਇੱਕ ਵਾਰੀ ਫਿਰ ਦੱਸਦੇ ਹਾਂ ਕਿ ਉਧਾਰੀ ਸ਼ਰਾਬ ਦੇ ਚੱਲਦਿਆਂ 6 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਔਰ ਜੋ ਸ਼ਰਾਬ ਲੈਣ ਆਏ ਸੀ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ, ਜਦਕਿ ਉਹਨਾਂ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਹੈ ਉਹਨਾਂ ਨੂੰ ਖਾਰਜ ਕੀਤਾ ਗਿਆ ਹੈ। ਔਰ ਇਸੇ ਤਰ੍ਹਾਂ ਹੀ ਉਹਨਾਂ ਨੇ ਜਿਹੜੇ ਹੌਸਪੀਟਲ ਦੇ ਸਟਾਫ ਹੈ ਉਹਨਾਂ ਦੇ ਉੱਪਰ ਵੀ ਪੈਸੇ ਲੈਣ ਦੇ ਇਲਜ਼ਾਮ ਲਾਏ ਨੇ, ਲੇਕਿਨ ਸਾਰਾ ਹੀ ਇਹ ਜਾਂਚ ਦਾ ਵਿਸ਼ਾ ਹੈ। ਜਾਂਚ ਦੇ ਵਿਸ਼ੇ ਤੋਂ ਬਾਅਦ ਜਦੋਂ ਵੀ ਕੋਈ ਮਤਲਬ ਰਿਜ਼ਲਟ ਆਏਗਾ ਤਾਂ ਪਤਾ ਲੱਗੇਗਾ ਕਿ ਆਖਰ ਕਿਸ ਸ਼ਖਸ ਦੀ ਗਲਤੀ ਹੈ। ਇਸ ਸੰਬੰਧ ਵਿੱਚ ਕੀ ਗੱਲਬਾਤ ਕੀਤੀ ਗਈ ਹੈ, ਆਓ ਸੁਣਦੇ ਹਾਂ। ਮੈਂ ਬ੍ਰਾਂਚ 'ਤੇ ਕੰਮ ਕਰਦਾ ਲੁਹਾਰੀ,
ਮੇਰੇ ਆਪਦੇ ਘਰ ਬਰਾਂਚ ਹੈਗੀ ਹੈ ਜੀ। ਮੈਂ ਰੋਟੀ ਵਧਾ ਰੋਟੀ ਖਾਣ ਲੱਗਿਆ ਸੀਗਾ ਜੀ ਦੁਕਾਨ ਵਧਾ ਕੇ, ਮੁੜ ਕੇ ਤਿੰਨ ਚਾਰ ਮੁੰਡੇ ਆਏ ਸੀਗੇ ਜੀ ਦਾਰੂ ਲੈਣ। ਉਹਨਾਂ ਨੂੰ ਮੈਂ ਪਹਿਲਾਂ ਦੇ ਤੀ ਦਾਰੂ, ਉਹ ਲੈ ਕੇ ਉੱਠ ਗਏ, ਪ੍ਰੋਗਰਾਮ ਸੀਗਾ ਉਹਨਾਂ ਦੇ ਘਰ। ਉਹਦੇ ਵੱਧੋਂ ਜੀ ਉਹਨਾਂ ਨੇ ਮੈਨੂੰ ਫਿਰ ਅੱਧੇ ਘੰਟੇ ਵੱਧੋਂ ਆ ਕੇ ਫਿਰ ਕਿਹਾ ਵੀ ਦਾਰੂ ਦੇ ਦੀ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇੰਨੀ ਦਾਰੂ ਉਧਾਰ ਨਹੀਂ ਦੇ ਸਕਦਾ। ਮੈਂ ਉਹਨਾਂ ਨੂੰ ਮਨ੍ਹਾ ਕੀਤਾ, ਉਹਨਾਂ ਨੇ ਫਿਰ ਤੋੜ ਫਾੜ ਕੀਤੀ, ਸ਼ੀਸ਼ਾ ਭੰਨ ਕੇ ਸ਼ਟਰ ਤਾਂ ਚੱਕ ਲਿਆ ਮੇਰੇ, ਜਦੋਂ ਕੁੱਟਣ ਪੈ ਗਏ ਮੈਨੂੰ। ਉਦੋਂ ਮੁੜ ਕੇ ਮੈਂ ਉਹਨਾਂ ਨੂੰ ਤਾਏ ਅਰਗਿਆਂ ਨੂੰ ਸਾਰਿਆਂ ਨੂੰ ਆਵਾਜ਼ਾਂ ਮਾਰੀਆਂ, ਮੇਰੇ ਤਾਏ ਬੁਰੀ ਆਈ, ਉਹ ਜਿਵੇਂ ਆਉਂਦੇ ਗਏ ਉਹਨਾਂ ਨੂੰ ਕੁੱਟਣ ਪੈ ਗਏ ਤਾਏ ਅਰਗਿਆਂ ਨੂੰ ਵੀ, ਉਹਨਾਂ ਦੀ ਸੱਟਾਂ ਮਾਰੀਆਂ। ਉਹਨਾਂ 'ਚ ਮੈਂ ਚਾਰ ਪੰਜ ਬੰਦਿਆਂ ਦੇ ਨਾਂ ਜਾਣਦਾ ਜੀ। ਇੱਕ ਤਾਂ ਬੱਬੂ ਹੈਗਾ ਨਾਂ, ਇੱਕ ਤਾਂ ਦੀਪਾ ਹੈਗਾ, ਇੱਕ ਤਾਂ ਕਾਕੂ ਹੈ ਜੀ, ਇੱਕ ਦਾ ਵਿੱਕੀ ਹੈਗਾ ਨਾਂ ਇੱਕ ਦਾ ਜੀ, ਬਾਕੀ ਅਣਪਛਾਤੇ ਸੀਗੇ ਜੀ। ਉਹਨਾਂ ਨਾਲ ਅੱਠ ਨੌ ਮੁੰਡੇ ਸੀਗੇ, ਮੋਟਰਸਾਈਕਲ 'ਤੇ ਆਏ ਸੀਗੇ। ਉਹਦੇ ਵੱਧੋਂ ਮੇਰੇ ਦਾਦੀ ਵਰਗਿਆਂ ਦੇ ਵੀ, ਉਹਨਾਂ ਦੇ ਵੀ ਘਰ ਜਾ ਕੇ ਸੱਟਾਂ ਮਾਰ ਕੇ ਆਈ ਸਾਰਿਆਂ ਦੀ, ਘਰ ਗਾਂਹ ਜਾ ਵੜੇ ਜੀ। ਉਵੇਂ ਉਹਨਾਂ ਦੀਆਂ ਚੱਪਲਾਂ ਪਈਆਂ, ਮੇਰੀ ਦਾਰੂ ਵੀ ਠੇਕੇ 'ਚੋਂ ਲੈ ਗਏ, ਉਹ ਚੱਕ ਕੇ ਪਤਾ ਨਹੀਂ ਕਿੰਨੀ ਲੈ ਗਏ ਆ। ਮੇਰੇ ਆਪ ਦੇ ਵੀ ਸੱਟ ਮਾਰ ਗਏ, ਮੇਰੇ ਭਰਾ ਦੇ ਵੀ ਵੱਜੀਆਂ ਜੀ, ਪੰਜ ਛੀਆਂ ਜਣਿਆਂ ਦੀ ਕੁੱਟਮਾਰ ਕੀਤੀ ਹੈ। ਅਤੇ ਜਿਹੜੀ ਦਾਰੂ ਕੈਸ਼ ਪਿਆ ਸੀਗਾ ਉਹ ਵੀ ਲੈ ਗਏ 5-6 ਹਜ਼ਾਰ ਰੁਪਇਆ, ਮੈਂ ਤਾਂ ਗਿਣਿਆ ਵੀ ਨਹੀਂ ਸੀਗਾ ਕਿੰਨਾ ਸੀਗਾ। ਉਹਦੇ ਤੋਂ ਪਹਿਲਾਂ ਠੇਕੇ ਵਾਲਿਆਂ ਨੂੰ ਮੈਂ 6 ਹਜ਼ਾਰ ਕੈਸ਼ ਦਿੱਤੀ ਸੀ, ਉਹਦੇ ਤੋਂ ਬਾਅਦ ਜਿਹੜੀ ਮੇਰੇ ਕੋਲ ਪਈ ਸੀ ਕੈਸ਼ ਵੱਟੀ ਸੀ ਉਹ ਸਾਰੀ ਉਹਦੇ ਵਿੱਚ ਸੀ ਗੱਲੇ ਦੇ, ਉਹ ਵੀ ਕੱਢ ਕੇ ਲੈ ਗਏ ਉਹ। ਮੈਂ ਸੁਣਾ ਇਨਸਾਫ ਚਾਹੁੰਦਾ ਮੈਂ ਜੀ, ਠੀਕ ਹੈ ਜੀ, ਕਿ ਸਾਨੂੰ ਇਨਸਾਫ ਹੋਵੇ ਸਾਡਾ। ਬਾਕੀ ਜਿਹੜੀਆਂ ਮੇਰੇ ਦਾਦੀ ਦੇ ਵੱਜੀਆਂ ਹੈ ਸੱਟਾਂ, ਉਹਨਾਂ ਦੇ ਸਿਰ 'ਚ ਟਾਂਕੇ ਲੱਗੇ ਵੀ ਹੈ ਜੀ, ਮੇਰੇ ਤਾਈ ਦੇ ਵੀ ਟਾਂਕੇ ਲੱਗੇ ਆ, ਮੇਰੇ ਤਾਈ ਦੇ ਵੀ ਟਾਂਕੇ ਲੱਗੇ ਆ ਸਿਰ 'ਚ ਸੱਟ ਉਹਨਾਂ ਦੇ ਹੈਗੀ ਜੀ। ਸਾਡੇ ਦੂਜਿਆਂ ਦੇ ਊਂ ਹੈਗੀ ਆ ਜਿਹੜੀਆਂ ਤੁਹਾਡੀਆਂ ਔਰਤਾਂ ਦੇ ਸੱਟ ਲੱਗੇ ਆ, ਉਹਨਾਂ ਨੂੰ ਘਰ ਜਾ ਕੇ ਜੀ ਮਾਰ ਕੇ ਆਇਆ ਸੱਟਾਂ ਜੀ, ਘਰ ਗਾਂਹ ਜਾ ਉੜੇ ਜੀ ਚੁੱਲ੍ਹੇ ਤੱਕ। ਹਾਂਜੀ, ਕੀ ਨਾਮ ਆ ਬਾਈ? ਤਰਸੇਮ ਕੁਮਾਰ ਜੀ। ਤੁਹਾਡੇ 'ਤੇ ਜਿਹੜਾ ਕਿ ਕੁੱਟਮਾਰ ਦੇ ਇਲਜ਼ਾਮ ਲਾਏ ਗਏ ਇੱਕ ਬ੍ਰਾਂਚ ਵਾਲੇ ਨੇ? ਵੀਰੇ ਕੁਛ ਵੀ ਰੌਲਾ ਨਹੀਂ ਸੀਗਾ, ਦਾਰੂ ਲੈਣ ਗਏ ਸੀ ਬ੍ਰਾਂਚ 'ਤੇ, ਉਹਨੇ ਕੱਢੀਆਂ ਗਾਲੀਆਂ, ਅਸੀਂ ਬਸ ਉੱਥੋਂ ਹੱਥੋਂ ਪਾਈ ਹੋਏ ਹਾਂ, ਹੋਰ ਕੋਈ ਰੌਲਾ ਨਹੀਂ ਸੀ ਉਹ ਬੰਦੇ। ਉਹ ਤਾਂ ਉਹਦੇ ਸਾਡੇ ਵੀ ਪੈਸੇ ਵੀ ਲੈ ਗਏ ਚੱਕ ਕੇ ਸ਼ਰਾਬ। ਉਹ ਬਾਬੇ ਚਾਹੁੰਦਾ ਤਾਂ ਡੇਰੇ ਚਾੜਨਾ, ਸਹੁੰ ਪਾ ਦੇਣਾ, ਪੈਸੇ ਮੈਂ ਦੇ ਦੂੰਗਾ। ਰਾਤੀ ਕੇਸ ਆਇਆ, ਸਾਡੇ ਕੋਲ ਡਾਕਟਰਾਂ ਦੀ ਘਾਟ ਹੈ, ਸਾਡੇ ਡਾਕਟਰਾਂ ਦੀ ਡਿਊਟੀਆਂ ਮੁਕਤਸਰ ਵੀ ਲੱਗੀਆਂ ਹੋਈਆਂ ਨੇ, ਬਾਦਲ ਧਰਨੇ 'ਤੇ ਵੀ ਲੱਗੀਆਂ ਹੋਈਆਂ ਨੇ, ਅਤੇ ਗਿੱਦੜਬਾ ਵੀ ਲੱਗੀ। ਇੱਕ ਡਾਕਟਰ ਕਰੋਨਾ ਪੋਜ਼ਿਟਿਵ ਹੈ, 2 ਦੀ ਟ੍ਰੇਨਿੰਗ ਲੱਗੀ ਹੋਈ ਹੈ, ਇਸ ਕਰਕੇ ਸਾਡੇ ਘਰ ਡਾਕਟਰਾਂ ਦੀ ਘਾਟ ਹੋਣ ਕਰਕੇ ਸਾਨੂੰ ਈਵਨਿੰਗ ਨਾਈਟ 'ਚ ਪ੍ਰੋਬਲਮ ਆ ਜਾਂਦੀ। ਕਿੰਨੇ ਜਣੇ ਜ਼ਖਮੀ ਹੋਏ ਜੀ? ਨਹੀਂ ਜ਼ਖਮੀ, ਜਿਸ ਤਰ੍ਹਾਂ ਮਰੀਜ਼ ਸਾਡੇ ਕੋਲ 6 ਆਏ ਸੀ, ਉਹਨਾਂ 'ਚੋਂ 2 ਵਿਲਿੰਗ ਹੋਏ ਸੀ, ਪਰਚਾ ਕਟਾਉਣ ਵਾਸਤੇ ਵੀ ਸਾਡੇ ਕੋਲ 2 ਦੀ ਫੀਸ ਹੈ, 2 ਦੀ। ਇੱਕ ਮੈਮ ਇੱਕ ਬੈੱਡ 'ਤੇ 2-2 ਜਣੇ ਲਟਾਏ ਪਏ ਆ, ਇੱਕ ਪਾਸੇ ਤਾਂ ਆਪਾਂ ਕਹਿੰਦੇ ਹਾਂ ਵੀ ਕਰੋਨਾ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ। ਸਾਡੇ ਕੋਲ ਬੈੱਡਾਂ ਦੀ ਘਾਟ ਹੈ, ਕੁਝ ਸਾਡੇ ਕੋਲ ਜਿਹੜੇ ਬੈੱਡ ਨੇ ਉਹ ਮੁਕਤਸਰ ਅਸੀਂ ਸ਼ਿਫਟ ਕੀਤੇ ਹੋਏ। ਇੱਕ ਰਿਸ਼ਵਤ ਦਾ ਮਾਮਲਾ ਜੀ, ਕਹਿੰਦੇ ਨੇ ਵੀ ਰਿਪੋਰਟ ਨੂੰ ਲੈ ਕੇ ਵੀ 100 ਰੁਪਇਆ ਵੱਧ ਮੰਗ ਕੀਤੀ ਗਈ ਹੈ ਡਾਕਟਰਾਂ ਵੱਲੋਂ ਕਥਿਤ ਤੌਰ 'ਤੇ। ਦੇਖੋ ਜੀ, ਨਹੀਂ ਸਾਡੇ ਡਾਕਟਰ ਕੋਈ ਫੀਸ ਵੱਧ ਨਹੀਂ ਲੈਂਦਾ ਜੀ, ਡਾਕਟਰਾਂ ਦੀ ਮੈਂ ਗਰੰਟੀ ਦੇ ਦਿੰਦੀ ਹਾਂ, ਡਾਕਟਰ ਸਾਡੀ ਕੋਈ ਫੀਸ ਵੱਧ ਨਹੀਂ ਲੈਂਦਾ। ਅਗਰ ਕਿਸੇ ਕਲਾਸ ਫੋਰ ਨੇ ਜੇ ਕੋਈ ਪੈਸਾ ਲਿਆ, ਪਹਿਲੀ ਗੱਲ ਤਾਂ ਸਾਡੇ ਜਿਹੜੇ ਪਰਚੇ ਨੇ ਇਹ ਔਨਲਾਈਨ ਜਾਂਦੇ ਨੇ, ਕਿਉਂਕਿ ਪੁਲਿਸ ਨੂੰ ਅਸੀਂ ਪਰਚਾ ਦੇਣ ਨਹੀਂ ਜਾਂਦੇ, ਅਸੀਂ ਔਨਲਾਈਨ ਹੀ ਪਰਚਾ ਭੇਜਦੇ ਹਾਂ। ਜੇ ਕਿਸੇ ਨੇ ਕਿਸ ਤਰ੍ਹਾਂ ਦੀ ਫੀਸ ਲਈ ਹੈ ਉਹ ਸਾਨੂੰ ਰਿਟਰਨ ਦੇ ਦੇਣ, ਅਸੀਂ ਇਨਕੁਆਇਰੀ ਕਰ ਲਵਾਂਗੇ। ਇਹਦੇ ਵਿੱਚ ਸਾਨੂੰ ਇਤਲਾਹ ਤਾਂ ਮਿਲ ਗਈ ਆ, ਪਰ ਇਹ MLR ਅਜੇ ਮਸੂਲ ਹੋਣੀ ਬਾਕੀ ਹੈ, ਕਿਉਂਕਿ ਜੋ MLR ਆਊਗੀ ਉਹਦੇ ਮੁਤਾਬਕ ਫਿਰ ਕਾਨੂੰਨੀ ਕਾਰਵਾਈ ਜੋ ਵੀ ਬਣਦੀ ਹੋਈ ਉਹ ਕੀਤੀ ਜਾਵੇ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ AOne ਪੰਜਾਬੀ TV ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ, ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ
ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।